ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਟ੍ਰਾਬਰੀ ਦੇ ਬਾਰੇ ਵਿੱਚ ਸਟ੍ਰਾਬਰੀ ਇੱਕ ਐਸਾ ਮਿੱਠਾ ਤੇ ਜ਼ੈਕੇਦਾਰ ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਫਲ ਆ ਜਿਹੜਾ ਪੂਰੀ ਦੁਨੀਆ ਦੇ ਵਿੱਚ ਖਾਦਾ ਜਾਂਦਾ ਔਰ ਪੂਰੀ ਦੁਨੀਆ ਦੇ ਵਿੱਚ ਇਹਨੂੰ ਕਾਸ਼ਤ ਵੀ ਕੀਤਾ ਜਾਂਦਾ ਸਟ੍ਰਾਬਰੀ ਇੱਕ ਬਿਹਤਰੀਨ ਫਲਾਂ ਤੇ ਇਹਦੇ ਇਹਦੀ ਰੰਗਤ ਖੂਬਸੂਰਤ ਤੇ ਮਿੱਠਾ ਜ਼ੈਕਾ ਹੁੰਦਾ ਸਟ੍ਰਾਬਰੀ ਦੇ 100 ਗ੍ਰਾਮ ਦੇ ਵਿੱਚ 44 ਕੈਲਰੀਜ਼ ਹੁੰਦੀਆਂ ਨੇ ਸਟਰਾਬਰੀ ਜਿਹੜੀ ਆ ਇਹ ਵਜ਼ਨ ਕਮ ਕਰਨ ਦੇ ਵਿੱਚ ਮਦਦ ਦਿੰਦੀ ਹੈ ਇਹਦੇ ਵਿੱਚ ਫੈਟ ਬਿਲਕੁਲ ਨਹੀਂ ਹੁੰਦੀ ਤੇ ਵਿਟਾਮਿਨ ਸੀ ਇਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਤਕਰੀਬਨ 52 ਗ੍ਰਾਮ ਮਿਲੀਗ੍ਰਾਮ ਦੇ ਕਰੀਬ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਇਹ ਐਂਟੀ ਆਕਸੀਡੈਂਟ ਆ ਜਿਹਦੀ وجہ ਤੋਂ ਇਹ ਬਾਡੀ ਨੂੰ ਬਲਾਪੇ ਦੀ ਤਰਫ ਜਾਣ ਤੋਂ ਰੋਕਦੀ ਹੈ ਦਿਲ ਦੇ ਮਰੀਜ਼ਾਂ ਵਾਸਤੇ ਬਹੁਤ ਅੱਛੀ ਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ 슈ਗਰ ਦੇ ਮਰੀਜ਼ ਵੀ ਇਹਨੂੰ ਖਾ ਸਕਦੇ ਆ ਕਬਜ਼ ਕਸ਼ਾਵਾ ਤੇ ਸਟਰਾਬਰੀ ਨਾ ਸਿਰਫ ਬਿਹਤਰੀਨ ਫਲਾ ਬਲਕਿ ਬਿਹਤਰੀਨ ਗਜ਼ਾਵੀ ਹੈ ਦੁਨੀਆ ਭਰ ਦੇ ਵਿੱਚ ਸਟਰਾਬਰੀ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਾਸ਼ਤ ਕੀਤਾ ਜਾ ਰਿਹਾ ਹੈ ਦੁਨੀਆ ਭਰ ਦੇ ਵਿੱਚ ਸਟਰਾਬਰੀ ਨੂੰ ਬਹੁਤ ਜ਼ਿਆਦਾ ਕਾਸ਼ਤ ਵੀ ਕੀਤਾ ਜਾਂਦਾ ਤੇ ਖਾਦਾ ਵੀ ਜਾਂਦਾ ਹੈ ਸਭ ਤੋਂ ਜ਼ਿਆਦਾ ਕਾਸ਼ਤ ਇਹ ਦੀ ਚਾਈਨਾ ਦੇ ਵਿੱਚ ਹੁੰਦੀ ਹੈ ਚਾਈਨਾ ਬਹੁਤ بڑا ਕਾਸ਼ਤ ਕਰਨ ਵਾਲਾ ਮੌਲਿਕ ਔਰ ਉੱਥੇ ਸਭ ਤੋਂ ਜ਼ਿਆਦਾ ਖਾਦੀ ਵੀ ਜਾਂਦੀ ਹੈ ਇਸ ਤੋਂ ਇਲਾਵਾ ਅਸੀਂ ਦੇਖੀਏ ਦੁਨੀਆ ਦੇ ਵਿੱਚ ਜਿਹੜੇ ਮਮਾਲਕ ਬਹੁਤ ਜ਼ਿਆਦਾ ਸਟਰਾਬਰੀ ਦੀ ਪ੍ਰੋਡਕਸ਼ਨ ਕਰ ਰਹੇ ਨੇ ਪੈਦਾ ਕਰ ਰਹੇ ਨੇ ਉਹਨਾਂ ਦੇ ਵਿੱਚ ਚਾਈਨਾ ਅਮਰੀਕਾ ਮੈਕਸੀਕੋ ਮਿਸਰ ਤੁਰਕੀ ਸਪੇਨ ਵਗੈਰਾ ਸ਼ਾਮਲ ਹੈ ਪਾਕਿਸਤਾਨ ਦੇ ਵਿੱਚ ਵੀ ਇਹਦੀ ਕਾਸ਼ਤ ਜਿਹੜੀ ਆ ਉਹ ਪਹਿਲੇ ਤੇ ਨਹੀਂ ਹੁੰਦੀ ਸੀ ਕੁਝ عرصਾ ਪਿੱਛੇ ਚਲੇ ਜਾਈਏ ਤੇ ਨਾ ਸਿਰਫ ਖਾਦੀ ਘੱਟ ਜਾਂਦੀ ਸੀ ਬਲਕਿ ਇਹਦੀ ਕਾਸ਼ਤ ਵੀ ਨਹੀਂ ਹੈ ਸੀ ਲੇਕਿਨ ਪਿਛਲੇ ਕਈ ਸਾਲਾਂ ਤੋਂ ਇਹ ਦੇ ਖਾਣ ਦਾ ਵੀ ਟ੍ਰੈਂਡ ਜਿਹੜਾ ਵਾ ਵੜਿਆ ਵਾ ਔਰ ਇਹਨੂੰ ਕਾਸ਼ਤ ਕਰਨ ਦਾ ਜਿਹੜਾ ਸ਼ੌਕ ਜਿਹੜਾ ਨਾ ਜ਼ਿਮੀਦਾਰਾਂ ਚ ਉਹ ਵੀ ਆਇਆ ਵਾ ਇਹ ਪਹਿਲੇ ਪਹਿਲੇ ਜਿਹੜੇ ਨਾ ਜੀ ਠੰਡੇ ਇਲਾਕਿਆਂ ਦੇ ਵਿੱਚ ਕੇਪੀ ਦੇ ਵਿੱਚ ਕਾਸ਼ਤ ਕੀਤੀ ਜਾਂਦੀ ਸੀ ਲੇਕਿਨ ਵਕਤ ਦੇ ਨਾਲ ਨਾਲ ਜਿਸ ਤਰ੍ਹਾਂ ਇਹਦੀ ਡਿਮਾਂਡ ਵਧੀ ਲੋਕਾਂ ਨੂੰ ਇਹਦੇ ਬਾਰੇ ਵਿੱਚ ਪਤਾ ਚੱਲਿਆ ਹੁਣ ਇਹਦੀ ਕਾਸ਼ਤ ਪੰਜਾਬ ਦੇ ਵਿੱਚ ਵੀ ਹੋ ਰਹੀ ਹੈ ਪੰਜਾਬ ਦੇ ਤਕਰੀਬਨ ਸਾਰੇ ਇਲਾਕਿਆਂ 'ਚ ਇਹਦੀ ਕਾਸ਼ਤ ਹੋ ਰਹੀ ਹੈ ਤੇ ਇਹਦੀ ਕਾਸ਼ਤ ਵਾਸਤੇ ਮੌਜੂ ਟੈਂਪਰੇਚਰ ਜਿਹੜਾ ਨਾ ਜੀ ਉਹ ਤਕਰੀਬਨ 8 ਤੋਂ 28-30 ਡਿਗਰੀ ਸੈਂਟੀਗ੍ਰੇਡ ਹੈ ਇਹਦੀ ਕਾਸ਼ਟ ਜਿਹੜੀ ਆ ਅਕਤੂਬਰ ਨਵੰਬਰ ਤੋਂ ਜ਼ਿਆਦਾ ਜਿਹੜੀ ਅਕਤੂਬਰ ਨਵੰਬਰ ਚ ਹੁੰਦੀ ਹੈ ਲੇਕਿਨ ਜਨਵਰੀ ਤੱਕ ਹੋ ਸਕਦੀ ਹੈ ਫਰਵਰੀ ਦੇ ਵਿੱਚ ਇਹਦਾ ਫਲ ਜਿਹੜਾ ਨਾ ਜੀ ਉਹ ਸ਼ੁਰੂ ਹੋ ਜਾਂਦਾ ਜਿਹੜਾ ਅਕਤੂਬਰ ਕਾਸ਼ਟ ਹੁੰਦੀ ਹੈ ਨਾ ਜੀ ਅਕਤੂਬਰ ਨਵੰਬਰ ਉਹਦਾ ਫਲ ਜਿਹੜਾ ਫਰਵਰੀ ਦੇ ਪਹਿਲੇ ਹਫਤੇ ਜਿਹੜਾ ਨਾ ਜੀ ਉਹ ਮਾਰਕੀਟ ਚ ਆ ਜਾਂਦਾ ਵੈਸੇ ਕੁਝ ਤਜਰਬਾਕਾਰ ਫਾਰਮਰ ਤੇ ਮਾਹਰਾਂ ਦਾ ਖਿਆਲ ਆ ਕਿ ਇਹਨੂੰ ਅਗਰ ਟਰਨਿੰਗ ਫਾਰਮਿੰਗ ਫਾਰਮਿੰਗ ਦੇ ਵਿੱਚ ਕਾਸ਼ਟ ਕੀਤਾ ਜਾਏ ਨਾ ਜੀ ਤੇ ਉਹ ਬਹੁਤ ਜ਼ਿਆਦਾ ਬੈਸਟ ਰਿਜ਼ਲਟ ਦਿੰਦੀ ਹੈ ਲੇਕਿਨ ਬਾਰ ਉਸ ਤੋਂ ਬਗੈਰ ਵੀ ਜਿਹੜਾ ਨਾ ਜੀ ਉਹ ਫਾਰਮਰ ਨੇ ਸਾਬਤ ਕੀਤਾ ਕਿ ਉਹ ਅੱਛੀ ਪੈਦਾਵਾਰ ਲੈ ਸਕਦੇ ਆ ਔਰ ਅੱਛੇ ਤਰੀਕੇ ਨਾਲ ਮੈਨੇਜਰ ਨੂੰ ਕਰ ਸਕਦੇ ਆ ਪੰਜਾਬ ਵਿੱਚ ਕਸੂਰ ਤੇ ਚੁੰਨੀਆਂ ਦੇ ਇਲਾਕੇ 'ਚ ਇਹਦੀ ਕਾਫੀ ਜ਼ਿਆਦਾ ਕਾਸ਼ਤ ਹੋ ਰਹੀ ਆ ਔਰ ਉੱਥੇ ਦੇ ਫਾਰਮਰ ਕਾਫੀ ਤਜਰਬਾਕਾਰ ਹੋ ਗਏ ਨੇ ਔਰ ਉਹ ਇਹਦੇ ਤੋਂ ਬਹੁਤ ਸਾਰਾ ਮਾਲੀ ਫਾਇਦਾ ਉਠਾ ਰਹੇ ਨੇ ਦੇਖਿਆ ਜਾਏ ਤੇ ਦੋਸਤੋ ਇਹ ਵਾਕਈ ਤਨ ਮੁਨਾਫਾ ਬਖਸ਼ ਫਸਲ ਆ ਔਰ ਨਕਦਾਵਰ ਫਸਲ ਆ ਇਹਦੀ ਮੰਗ ਵਧ ਰਹੀ ਆ ਉਹਦੇ 'ਚ ਇਜ਼ਾਫਾ ਹੋ ਰਿਹਾ ਵਾ ਤੇ ਜ਼ਰੂਰਤ ਹੈ ਗੁੰਜਾਇਸ਼ ਹੈ ਕਿ ਤੁਸੀਂ ਇਹਦੀ ਤਰਫ ਆਓ ਇਹਨੂੰ ਕਾਸ਼ਤ ਕਰੋ ਇਹਨੂੰ ਕਾਸ਼ਤ ਕਰਨ ਵਾਸਤੇ ਥੋੜਾ ਜਿਹਾ ਐਕਸਪੀਰੀਅੰਸ ਹਾਸਲ ਕਰੋ ਤੇ ਇਹਦਾ ਖਰਚਾ ਵੀ ਕਾਫੀ ਹੈ ਫੀ ਏਕੜੇ ਦਾ ਤੇ ਲੇਕਿਨ ਇਹ ਕਿ ਇਹਦਾ ਮੁਨਾਫਾ ਵੀ ਕਾਫੀ ਜ਼ਿਆਦਾ ਵਾ ਕਾਫੀ ਜ਼ਿਆਦਾ ਵਾ ਜਿੰਨਾ ਖਰਚਾ ਉਹਦੇ ਨਾਲ ਡਬਲ ਮੁਨਾਫਾ ਵੀ ਇਹਦੇ ਚ ਮੌਜੂਦ ਹੈ ਇਹਨੂੰ ਕਾਸ਼ਤ ਕਰਨ ਵਾਸਤੇ ਅੱਛੀ ਜ਼ਮੀਨ ਦਾ ਤੁਸੀਂ ਇੰਤਖਾਬ ਕਰੋ ਐਸੀ ਜ਼ਮੀਨ ਜਿਹਦਾ ਪੀ ਐਚ ਲੈਵਲ ਜਿਹੜਾ ਨਾ ਹੀ 8 ਤੋਂ ਜ਼ਿਆਦਾ ਨਾ ਹੋਵੇ ਕਿਸੇ ਸੂਰਤ 'ਚ ਹੀ ਤੇ ਬਾਕੀ ਰਕਬਾ ਰੇਤਲਾ ਯਾਕਲ ਰਾਠਾ ਵਗੈਰਾ ਰਕਬਾ ਨਾ ਹੋਵੇ ਅچھے ਰਕਬੇ ਦਾ ਇੰਤਖਾਬ ਕਰੋ ਇਹਦੀ ਸਟਰਾਬਰੀ ਦੀ ਪਨੀਰੀ ਜਿਹੜੀ ਹੈ ਨਾ ਜੀ ਉਹ ਠੰਡੇ ਇਲਾਕਿਆਂ ਚ ਕਾਸ਼ਤ ਹੁੰਦੀ ਆ ਸਵਾਤ ਤੇ ਦੀਰ ਦੇ ਇਲਾਕਿਆਂ ਚ ਕਾਸ਼ਤ ਹੁੰਦੀ ਆ ਤੇ ਉਥੋਂ ਮਿਲਦੀ ਉਥੋਂ دستیاب ਹੁੰਦੀ ਹੈ ਤੇ ਪਨੀਰੀ ਤੁਸੀਂ ਉਥੋਂ ਲਿਆ ਕੇ ਤੇ ਫਿਰ ਅਕਤੂਬਰ ਨਵੰਬਰ ਦੇ ਵਿੱਚ ਤੁਸੀਂ ਇੱਥੇ ਪੰਜਾਬ ਦੇ ਵਿੱਚ ਕਾਸ਼ਤ ਕਰ ਸਕਦੇ ਹੋ ਪਨੀਰੀ ਲੈਂਦੇ ਵਕਤ ਤੁਸੀਂ ਇੱਕ ਦੋ ਚੀਜ਼ਾਂ ਦਾ ਖਿਆਲ ਰੱਖਣਾ ਖੁਦ ਜਾ ਕੇ ਉੱਥੋਂ ਪਰਚੇਸ ਕਰੋ ਮੌਕੇ ਤੇ ਦੇਖ ਕੇ ਪੌਦਿਆਂ ਨੂੰ ਦੇਖ ਕੇ ਸਿਹਤਮੰਤ ਤੰਦਰੁਸਤ ਪੌਦੇ ਉਹਨਾਂ ਦੀਆਂ ਜੜ੍ਹਾਂ ਦੇਖੋ ਸਿਹਤਮੰਤ ਹੋਣ ਫੈਲੀਆਂ ਹੋਣ ਔਰ ਉਹਨਾਂ ਦੀਆਂ ਜੜ੍ਹਾਂ ਦਾ ਰੰਗ ਜਿਹੜਾ ਨਾ ਜੀ ਉਹ ਹਲਕਾ ਬ੍ਰਾਊਨ ਹੋਵੇ ਨਾ ਜੀ ਤਾਂ ਉਹ ਜ਼ਿਆਦਾ ਬਿਹਤਰ ਹੁੰਦੀਆਂ ਕਿਉਂਕਿ ਉਹਨਾਂ ਦੀ ਉਸ ਪਨੀਰੀ ਦੀ ਉਮਰ ਪੂਰੀ ਹੁੰਦੀ ਹੈ ਔਰ ਪਨੀਰੀ ਦੀ ਉਮਰ ਜਿਹੜੀ ਹੈ ਨਾ ਜੀ ਜਿਹੜੀ ਤੁਸੀਂ ਲੈਣੀ ਹੈ ਉਹਦੀ ਉਮਰ 10 ਤੋਂ 12 ਮਹੀਨੇ ਹਰ ਸੂਰਜ ਚ ਹੋਣੀ ਚਾਹੀਦੀ ਇਸ ਤੋਂ ਘੱਟ ਉਮਰ ਪਨੀਰੀ ਜਿਹੜੀ ਹੈ ਨਾ ਉਹ ਜ਼ਿਆਦਾ ਅੱਛਾ ਗਰੋ ਨਹੀਂ ਕਰੇਗੀ ਨੀਰੀ ਅੱਛੇ ਤਰੀਕੇ ਨਾਲ ਦੇਖਭਾਲ ਕਰਕੇ ਉਹਨੂੰ ਖਰੀਦੋ ਤੇ ਇਹਦੇ ਪੌਦੇ 1 ਏਕੜ ਦੇ ਵਿੱਚ ਤਕਰੀਬਨ 45000 ਤੋਂ ਲੈ ਕੇ 55-60000 ਤੱਕ ਇੱਕ ਕਿੱਲੇ ਦੇ ਵਿੱਚ ਪੌਦੇ ਲੱਗਦੇ ਠੀਕ ਹੈ ਜੀ ਤੇ ਇਹਨੂੰ ਲਗਾਉਣ ਦੇ ਵਕਤ ਤੁਸੀਂ ਇਹਨੂੰ ਫੰਜੀ ਸਾਈਡ ਜਿਹੜੀ ਨਾ ਟ੍ਰੀਟਮੈਂਟ ਲਾਜ਼ਮੀ ਕਰਨੀ ਆ ਇੱਕ ਟੱਪ ਦੇ ਵਿੱਚ ਤੁਸੀਂ ਪਾਣੀ ਪਾ ਕੇ ਉਹਦੇ ਵਿੱਚ ਤੁਸੀਂ ਦਵਾਈ ਨੂੰ ਹੱਲ ਕਰ ਲਓ ਹੱਲ ਕਰਕੇ ਤੇ ਇਹਨਾਂ ਪੌਦਿਆਂ ਦੀਆਂ ਜੜ੍ਹਾਂ ਨੂੰ ਵਿੱਚ ਡਿਪ ਕਰਕੇ ਨਾ ਉਸ ਤੋਂ ਬਾਅਦ ਫਿਰ ਤੁਸੀਂ ਇਹਨਾਂ ਨੂੰ ਲਗਾਓ ਤਾਂ ਕਿ ਪੌਦੇ ਤੰਦਰੁਸਤੀ ਦੇ ਨਾਲ ਜਿਹੜਾ ਨਾ ਜੀ ਉਹ ਜੜ ਜਾਣ ਔਰ ਆਪਣੀ ਬਡੋਤਰੀ ਔਰ ਗਰੋਥ ਸ਼ੁਰੂ ਕਰ ਦੇਣ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਜਿਹੜੀ ਹੈ ਨਾ ਜੀ ਫਾਸਫੋਰਸ ਖਾਦਾਂ ਉਹ ਤੁਸੀਂ ਕੋਸ਼ਿਸ਼ ਕਰੋ ਬਜਾਈ ਦੇ ਟਾਈਮ ਜਿਹੜਾ ਨਾ ਜੀ ਫਾਸਫੋਰਸ ਖਾਦ ਪਾ ਦਿਓ ਪਾ ਕੇ ਤੇ ਫਿਰ ਇਹਨੂੰ ਕਾਸ਼ਤ ਕਰੋ ਇਸ ਤੋਂ ਇਲਾਵਾ ਬਾਅਦ ਦੇ ਵਿੱਚ ਤੁਸੀਂ ਉੱਪਰ ਥੋੜੀ ਥੋੜੀ ਹਲਕੀ ਡੋਜ਼ ਯੂਰੀਆ ਦੀ ਦੇ ਸਕਦੇ ਬਹੁਤ ਜ਼ਿਆਦਾ ਯੂਰੀਆ ਨਹੀਂ ਦੇਣੀ ਪੋਟਾਸ਼ ਦਾ ਇਸਤੇਮਾਲ ਕਰੋ ਹਰ ਦੂਸਰੇ ਤੀਸਰੇ ਪਾਣੀ ਦੇ ਨਾਲ ਤੁਸੀਂ ਪੋਟਾਸ਼ ਦਾ ਇਸਤੇਮਾਲ ਕਰੋ। ਇਹਨੂੰ ਮੌਸਮ ਦੇ ਹਿਸਾਬ ਨਾਲ ਪਾਣੀ ਲਗਦੇ ਨੇ। ਅਗਰ ਸਰਦੀ ਜ਼ਿਆਦਾ ਹੋਵੇ ਤੇ ਵਕਫਾ 10 ਦਿਨ ਦਾ ਵੀ ਹੋ ਜਾਂਦਾ। ਅਗਰ ਟੈਂਪਰੇਚਰ بڑھਨਾ ਸ਼ੁਰੂ ਹੋ ਜਾਏ ਤੇ ਵਕਫਾ 1 ਹਫ਼ਤੇ ਦਾ ਜਾਂ ਬਹੁਤ ਜ਼ਿਆਦਾ ਟੈਂਪਰੇਚਰ ਹੋ ਜਾਏ ਜਿਨ੍ਹਾਂ ਦਿਨਾਂ 'ਚ ਫਲ ਉਤਰ ਰਿਹਾ ਹੋਵੇ। मार्च अप्रैल ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ وقفਾ 4 ਤੋਂ 5 ਦਿਨ ਦਾ ਵੀ ਹੋ ਜਾਂਦਾ। ਬਾਕੀ ਆਪਣੀ ਫਸਲ ਨੂੰ ਰੈਗੂਲਰ ਚੈੱਕ ਕਰਦੇ ਰਹੋ। ਇਹਦੇ ਤੇ ਜ਼ਿਆਦਾਤਰ ਫੰਗਸ ਦੀਆਂ ਮੁxtਲਫ ਕਿਸਮ ਦੀਆਂ ਬਿਮਾਰੀਆਂ ਦਾ ਅਟੈਕ ਹੁੰਦਾ ਵਾ। ਉਹਨਾਂ ਨੂੰ ਤੁਸੀਂ ਮੌਕੇ ਤੇ ਦੇਖ ਕੇ ਚੈੱਕ ਕਰਕੇ ਉਹਨਾਂ ਦੇ ਮੁਤਾਬਕ ਦਵਾਈ ਦਾ ਇਸਤੇਮਾਲ ਬਾਰ-ਵਕਤ ਕਰਦੇ ਰਹੋ ਤਾਂ ਕਿ ਬਿਮਾਰੀਆਂ ਤੋਂ ਮਹਿਫੂਜ਼ ਰਵੇ। ਬਾਕੀ ਮੁxtਲਫ ਓਕਾਤ ਦੇ ਵਿੱਚ وقفੇ ਦੇ ਨਾਲ ਇੱਕ ਦੋ ਪਾਣੀਆਂ ਤੋਂ ਬਾਅਦ ਤੁਸੀਂ ਇੱਕ ਤੋਂ ਦੋ ਦਫਾ ਤਿੰਨ ਦਫਾ ਤੁਸੀਂ ਸਲਫਰ ਵੀ ਫਲੱਡ ਕਰ ਸਕਦੇ ਹੋ। ਸਲਫਰ ਖੁਰਾਕ ਵੀ ਹੈ। ਤੇ ਸਲਫਰ ਫੰਜੇਸਾਈਡ ਵੀ ਹੈ ਜੜ ਦੀਆਂ ਬਿਮਾਰੀਆਂ ਤੋਂ ਵੀ ਕਾਫੀ ਹੱਦ ਤੱਕ ਮਹਿਫੂਜ਼ ਰੱਖਦਾ ਲਾਜ਼ਾ ਸਲਫਰ ਦੀ ਡੋਜ਼ ਵੀ ਤੁਸੀਂ ਦਿਓ ਤੁਹਾਡੀ ਅੱਛੀ ਤੇ ਸਿਹਤਮੰਦ ਫਸਲ ਤਿਆਰ ਹੋ ਗਈ ਹੈ ਤੇ ਅਗਰ ਅਕਤੂਬਰ ਦੀ ਕਾਸ਼ਤ ਹੈ ਤੇ ਜਨਵਰੀ ਦੇ ਆਖਰੀ ਹਫਤੇ ਦੇ ਵਿੱਚ ਅਗਰ ਨਵੰਬਰ ਦੀ ਕਾਸ਼ਤ ਹੈ ਤੇ ਫਰਵਰੀ ਦੇ ਸ਼ੁਰੂ ਦੇ ਵਿੱਚ ਉਹ ਫਲ ਜਿਹੜਾ ਤਿਆਰ ਹੋ ਜਾਏਗਾ ਉਤਰਨਾ ਸ਼ੁਰੂ ਹੋ ਜਾਏਗਾ ਸ਼ੁਰੂ ਦੇ ਦਿਨਾਂ ਦੇ ਵਿੱਚ ਥੋੜਾ ਥੋੜਾ ਫਲ ਉਤਰੇਗਾ ਫਿਰ ਹਫਤੇ 10 ਦਿਨ ਬਾਅਦ ਉਹਦੀ ਮਿਕਦਾਰ ਵੱਧਦੀ ਜਾਏਗੀ ਤੇ ਹੱਤਾ ਕਿ ਇਹ ਫਿਰ 40 50 ਕਾਰਟਨ ਤਕਰੀਬਨ 10 ਕੇਜੀ ਦੇ 40 ਤੋਂ 50 ਕਾਰਟਨ ਡੇਲੀ ਦੂਸਰੇ ਦਿਨ ਫੀ ਏਕੜੇ ਦੇ ਉੱਤਰ ਨੇ ਸ਼ੁਰੂ ਹੋ ਜਾਂਦੇ ਆ ਔਰ ਰੇਟ ਵੀ ਅੱਛਾ ਹੁੰਦਾ ਔਰ ਖੂਬ ਮੁਨਾਫਾ ਫਿਰ ਮਿਲਦਾ ਤੇ ਤੁਹਾਡਾ ਪਾਕਿਸਤਾਨ ਦੇ ਵਿੱਚ ਸਟਰਾਬਰੀ ਜ਼ਰੂਰ ਦੇ ਮੁਤਾਬਕ ਤਕਰੀਬਨ ਪੈਦਾ ਹੋ ਰਹੀ ਹੈ ਲੇਕਿਨ ਕਦੀ ਕਿਤੇ ਜ਼ਿਆਦਾ ਹੋ ਜਾਵੇ ਤੇ ਐਕਸਪੋਰਟ ਵੀ ਕਰ ਦਿੱਤੀ ਜਾਂਦੀ ਹੈ ਇੱਕ ਦੋ ਸਾਲਾਂ ਦੇ ਵਿੱਚ ਅਫਗਾਨਿਸਤਾਨ ਮਲੇਸ਼ੀਆ ਕੁਵੇਤ ਯੂਏਈ ਵਗੈਰਾ ਨੂੰ ਐਕਸਪੋਰਟ ਵੀ ਕੀਤੀ ਗਈ ਹੈ ਲੇਕਿਨ ਅਗਰ ਕਿਸੇ ਸਾਲ ਕਮ ਹੋ ਜਾਵੇ ਤੇ ਇੰਪੋਰਟ ਵੀ ਹੋ ਜਾਂਦੀ ਹੈ ਸਿੰਗਾਪੁਰ ਇੰਡੀਆ ਨੈਦਰਲੈਂਡ ਵਗੈਰਾ ਤੋਂ ਇਮਪੋਰਟ ਵੀ ਹੋਈ ਆ ਪਾਕਿਸਤਾਨ ਦੇ ਵਿੱਚ ਲੇਕਿਨ ਇਹ ਆ ਕਿ ਓਵਰਆਲ ਦੇਖਿਆ ਜਾਏ ਨਾ ਜੀ ਤੇ ਬੜਾ ਸਕੋਪ ਮੌਜੂਦ ਹੈ ਇਹਦੇ ਵਿੱਚ ਇਸ ਫੀਲਡ ਦੇ ਵਿੱਚ ਇਸ ਫਸਲ ਦੇ ਵਿੱਚ ਜ਼ਮੀਨਦਾਰੇ ਦੀ ਤਰਫ ਤਵਜੂ ਕਰਨ ਤੇ ਤਵਜੂ ਕਰੋ ਤੇ ਇਹਦੀ ਕਾਸ਼ਤ ਵੜੇਗੀ ਤੇ ਐਕਸਪੋਰਟ ਵੜੇਗੀ ਐਕਸਪੋਰਟ ਵੜੇਗੀ ਤੇ ਤੁਹਾਡਾ ਫਾਇਦਾ ਹੋਏਗਾ ਮੁਲਕ ਦਾ ਫਾਇਦਾ ਹੋਏਗਾ ਤੇ ਸਾਡਾ ਪੈਗਾਮ ਤੇ ਇਹੀ ਆ ਕਿ ਇਸ ਫਸਲ ਦੀ ਤਰਫ ਆਓ ਸਟਰਾਬਰੀ ਅਗਾਓ ਤੇ ਸਟਰਾਬਰੀ ਖਾਓ ਹਾਂਜੀ ਇਹਦਾ ਮਿਲਕਸ਼ੇਕ ਬਹੁਤ ਪਸੰਦ ਕੀਤਾ ਜਾਂਦਾ ਬੱਚੇ ਬੜੇ ਸ਼ੌਕ ਨਾਲ ਪੀਂਦੇ ਨੇ ਤੇ ਬੜੀ ਗੁੰਜਾਇਸ਼ ਹੈ ਦੇ ਵਿੱਚ ਤੁਸੀਂ ਇਹਦੀ ਤਰਫੋਂ ਬੜੀ ਮੁਨਾਫਾ ਬਖਸ਼ ਫਸਲ ਆ ਔਰ ਇਹਨੂੰ ਸਮਝ ਕੇ ਕਾਸ਼ਤ ਕਰੋ ਇਨਸ਼ਾ ਅੱਲਾਹ ਤੁਸੀ ਫਾਇਦਾ ਉਠਾਉਣਗੇ ਤੇ ਦੋਸਤੋ ਇਹ ਸੀ ਅੱਜ ਦੀ ਵੀਡੀਓ ਇਨਸ਼ਾ ਅੱਲਾਹ ਦੁਬਾਰਾ ਮੁਲਾਕਾਤ ਹੋਏਗੀ ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਾਕਿਸਤਾਨ ਚੋਂ ਬੈਰੂਨ ਮਮਾਲਕ ਚੋਂ ਚੜ੍ਹਦੇ ਪੰਜਾਬ ਚੋਂ ਲੈਂਦੇ ਪੰਜਾਬ ਚੋਂ ਉਹਨਾਂ ਨੂੰ ਦਰਖਾਸਤ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਮੈਨੂੰ ਹੁਣ ਦਿਓ ਇਜਾਜ਼ਤ ਰੱਬ ਰੱਖਾ